द पंजाब टीवी दी टीम अज पहुंची है जलंधर लोक सभा हलके दे विच जिथे के जिमनी चोण दा अखाड़ा पूरी तरह भखिया होया है। सत्ता धिर आम आदमी पार्टी दे वल्लों सुशील रिंकू नूं अपना उम्मीदवार बनाया गया है। कांग्रेस पार्टी दे वल्लों मरहूम संतोख चौधरी दी पत्नी करमजीत कौर चौधरी नूं मैदान दे विच उतारिया गया है। अकाली दल अते बसपा दे वल्लों डॉक्टर सुखविंदर कुमार सुखी, भारतीय जनता पार्टी दे वल्लों इंदर इकबाल सिंह अटवाल अते श्रोमणी अकाली दल अमृतसर दे वल्लों गुरजन सिंह कट्टू नूं मैदान दे विच उतारिया गया है। सारियां पार्टियां दे वल्लों जित दा दावा कीता जा रहा है, पर जलंधर दे लोक ही दसणगे कि आखिर जितेगा कौन, क्योंकि इस चोण नूं 2024 दी उप चोण मन्निया जा रहा है, सैमीफाइनलिस्ट नूं मन्निया जा रहा है। अते इस सैमीफाइनल दे विच बाजी मारेगा कौन, जलंधर दे लोकां दे नाल गलबात करके ही जाणदे आ। ते चलो फिर गलबात करदे आ। ਲੋਕਾਂ ਦਾ ਯਕੀਨ ਇਹੋ ਹੀ ਆ ਵੀ ਕਾਂਗਰਸ ਦਾ ਹੀ ਹੈ ਜ਼ਿਆਦਾ ਮਾਹੌਲ, ਤਾਂ ਇਸ ਵੇਲੇ ਆਮ ਪਾਰਟੀ ਦਾ ਜ਼ਿਆਦਾ। ਅਟਵਾਲ ਸਾਹਿਬ ਜਿੱਤਣਗੇ ਜੀ ਬੀਜੇਪੀ ਦੇ? ਹਮੇਸ਼ਾ ਪੰਥ ਨੂੰ ਵੋਟ ਪਾਈ ਅਕਾਲੀ ਅਕਾਲੀ ਦਲ ਬਾਦਲ ਨੂੰ ਜੀ। ਝਾੜੂ ਵਾਲਾ ਹੀ ਹੈ, ਉਹੀ ਲਿਆ ਸਕਦਾ ਸਰਕਾਰ, ਉਹੀ ਹੈ ਜਿੱਤਣਾ, ਉਹਨੇ ਹੀ। ਝਾੜੂ ਵੈਸੇ ਹੀ ਝਾੜੂ ਰਹਿ ਜਾਣਾ, ਹੋਣਾ ਕੁਛ ਨਹੀਂ ਹੈ। ਸਾਡੇ ਤਾਂ ਭਾਈ ਤੱਕੜੇ ਨੂੰ ਵੋਟ ਜਾਣੀ ਸਾਰੀ, ਤੱਕੜਿਆਂ ਦਾ ਵੋਟ ਪਾਣੀ, ਝਾੜੂ ਤਾਂ ਕਹਿੰਦਾ ਕੋਈ ਪਾਣੀ ਨਹੀਂ। ਆ ਪਿੱਛੇ ਉਹਨੇ ਝਾੜੂ ਵਾਲੇ ਨੇ ਕਿਹਾ ਸੀ ਵੀ 1000 ਰੁਪਈਆ ਸਾਰਿਆਂ ਨੂੰ ਦੇਵਾਂਗੇ ਜੀ, ਸਾਡਾ ਕੁਛ ਕਰੋ। ਕੀ ਕੀਤਾ ਉਹਨੇ? ਕੁਛ ਨਹੀਂ ਕੀਤਾ। ਅੱਜ ਦੀ ਡੇਟ 'ਚ ਜਨਤਾ ਦਾ ਸਾਥ ਦੇਣਗੇ ਤਾਂ ਜੋ ਵੋਟਾਂ ਮਿਲ ਜਾਣਗੀਆਂ, ਜੇ ਨਹੀਂ ਕੰਮ ਕਰਨਗੇ ਤਾਂ ਦੈਟਸ ਆਲ ਫਿਨਿਸ਼। 25-30 ਹਜ਼ਾਰ ਆਟੋ ਵਾਲਾ ਚੱਲਦਾ ਇੱਥੇ, ਇੱਕ ਆਟੋ ਵਾਲੇ ਦੇ ਨਾਲ ਘੱਟੋ ਘੱਟ 4 ਜੀ ਤਾਂ ਹੈਗੇ ਹੀ ਹੈ, 1-1.25 ਲੱਖ ਵੋਟ ਹੋਏ। ਇਸ ਕਰਕੇ ਮੇਰਾ ਵੀ ਵਿਚਾਰ ਹੈ ਵੀ ਮੁਸ਼ਕਲ ਹੈ ਆਮ ਪਾਰਟੀ। ਮੇਰੇ 2 ਮੁੰਡੇ ਆ, 9 ਆ, ਬੀ ਟੈਕ ਕੀਤੀ ਸੀ 9 ਨੇ ਵੀ, ਉਹ ਵੀ ਬਾਹਰ ਗਏ ਆ, ਬਾਹਰ ਭੇਜੇ, ਇੱਥੇ ਕੀ ਹੈ, ਭੁੱਖ ਲੰਘਿਆ। ਦੇਖ, ਬੰਦਾ ਸ਼ਰਾਬ ਪੜਾਉਂਦਾ, ਇਹਨਾਂ ਟਾਈਮ 'ਤੇ ਸ਼ਰਾਬ ਦੀਆਂ ਬੋਤਲਾਂ ਘਰ ਘਰ ਦੇ ਕੇ ਜਾਂਦੇ ਆ, ਪੀਂਦੇ ਸ਼ਰਾਬ ਉਹਨਾਂ ਦੀ ਆ, ਵੋਟ ਕਿਸੇ ਹੋਰ ਨੂੰ ਪਾਉਂਦੇ, ਉੱਥੇ ਕੀ ਕਰੂ ਬੰਦਾ ਹੈ। ਇੱਥੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ, ਉਹਨਾਂ ਕੋਲ ਜਾਣਦੇ ਹਾਂ ਕੀ ਲੱਗ ਰਿਹਾ ਜੀ ਇਸ ਵਾਰ ਲੋਕਾਂ ਦਾ ਮਾਹੌਲ ਕਿਵੇਂ ਹੈ, ਜਲੰਧਰ ਦੇ ਵਿੱਚ ਕੌਣ ਸੀਟ ਲਿਜਾ ਸਕਦਾ ਜੀ? ਮਿਕਸਚਰ ਜੇ ਲੱਗ ਰਿਹਾ ਜੀ ਇਸ ਵੇਲੇ, ਜੋ ਵੀ ਹਾਲਾਤ ਬਣੇ ਹੋਏ ਆ, ਮਤਲਬ ਆਪ ਦਾ ਵੀ ਜਿੱਦਾਂ ਵਿਦਰੋਹ ਹੋ ਰਿਹਾ ਬਹੁਤ ਜ਼ਿਆਦਾ ਸਾਰੇ ਪਾਸਿਓਂ, ਠੀਕ ਹੈ ਨਾ, ਉਹਦੇ ਉਸ ਕਾਰਨ ਜਿਹੜਾ ਵੀ ਕਾਂਗਰਸ ਨੂੰ ਫਾਇਦਾ ਹੋਏਗਾ, ਬੀਜੇਪੀ ਨੂੰ ਵੀ ਫਾਇਦਾ ਹੋਏਗਾ ਅੱਗੇ ਨਾਲੋਂ। ਜੋ ਅੱਗੇ ਬੀਜੇਪੀ ਦਾ ਵੋਟ ਸੀਗਾ ਇਹਨਾਂ ਦਾ, ਉਹ ਮੇਰੇ ਹਿਸਾਬ ਨਾਲ ਸਾਡੇ ਹਿਸਾਬ ਨਾਲ ਵਧੇਗਾ ਜੀ ਇਸ ਵਾਰੀ ਉਹਨਾਂ ਦਾ ਜੀ। ਕਈ ਲੋਕਾਂ ਦੀ ਜਿਹੜੀ ਹੈਗੀ ਸੋਚ ਬਦਲੀ ਹੋਈ ਹੈ, ਆਪ 'ਤੇ ਜਿੱਦਾਂ ਭਰੋਸਾ ਕੀਤਾ ਸੀਗਾ ਉਹ ਭਰੋਸਾ ਪੂਰਾ ਨਹੀਂ ਹੋ ਸਕਿਆ, ਉਸ ਕਾਰਨ ਇਹਨਾਂ ਨੂੰ ਕਾਂਗਰਸ ਨੂੰ ਵੀ ਫਾਇਦਾ ਹੋਏਗਾ, ਦੂਜੀਆਂ ਪਾਰਟੀਆਂ ਨੂੰ ਸਾਰਿਆਂ ਨੂੰ ਫਾਇਦਾ ਹੋਏਗਾ। ਥੋੜ੍ਹਾ ਜਿਹਾ ਕੜੀ ਟੱਕਰ ਹੈਗੀ ਹੈ ਜੀ, ਜਿਸ ਤਰ੍ਹਾਂ ਵੀ ਆ, ਮਤਲਬ ਕੜੀ ਟੱਕਰ ਵੀ ਈਜ਼ੀ ਨਹੀਂ ਹੈਗਾ, ਆਪ ਵਾਸਤੇ ਵੀ ਜਿੱਦਾਂ ਪਹਿਲੇ ਸੀਗੀ ਹਵਾ ਜੀ ਆਪ ਲੈ ਜਾਏਗੀ, ਉਹ ਚੀਜ਼ ਨਹੀਂ ਨਜ਼ਰ ਆ ਰਹੀ ਹੈ। ਹਾਂ, ਮੁੱਖ ਮੁਕਾਬਲਾ ਕਿਹਦੇ ਵਿੱਚ ਮੰਨਦੇ ਹੋ ਫਿਰ? ਮੁੱਖ ਚਲੋ ਇਸ ਲਈ ਕਾਂਗਰਸ ਦਾ ਔਰ ਆਪ ਦਾ ਹੀ ਕਹਿ ਸਕਦੇ ਹਾਂ, ਕਾਂਗਰਸ ਦਾ ਹੀ ਔਰ ਆਪ ਦਾ ਹੀ ਕਹਿ ਸਕਦੇ। ਉਹ ਕੰਮਾਂ 'ਤੇ ਵੋਟ ਮੰਗ ਰਹੇ ਸਾਲ, ਕਹਿੰਦੇ ਕੰਮ ਬੜੇ ਕੀਤੇ, ਬਣੀ ਗੱਲ? ਨਹੀਂ, ਕੋਈ ਇੱਦਾਂ ਦੀ ਕੋਈ ਖਾਸ ਨਹੀਂ, ਮਤਲਬ ਠੀਕ ਹੈ, ਜ਼ੋਰ ਲਾਉਂਦੇ ਪਏ, ਲੇਕਿਨ ਕੋਈ ਕਾਨੂੰਨ ਵਿਵਸਥਾ ਕੁਛ ਨਹੀਂ ਹੈਗੀ ਜੀ, ਟ੍ਰੈਫਿਕ ਦਾ ਬੁਰਾ ਹਾਲ ਹੈ ਜੀ, ਕੋਈ ਐਡਾ ਨਹੀਂ ਜੋ ਬਸ ਹਵਾ 'ਚ ਜਿੱਦਾਂ ਗੱਲਾਂ ਕਹਿ ਸਕਦੇ ਹਾਂ ਆਪਾਂ, ਪ੍ਰੈਕਟੀਕਲ ਗਰਾਊਂਡ ਲੈਵਲ 'ਤੇ ਉਹ ਗੱਲਾਂ ਸਹੀ ਨਹੀਂ ਹੈਗੀਆਂ। ਇਸ ਟਾਈਮ ਜਾਂ ਤਾਂ ਰਿੰਕੂ ਗਏ ਤਾਂ ਜਾਂ ਬੀਜੇਪੀ। ਅੱਛਾ, ਹਾਂਜੀ, ਇਹ ਕੀ ਕਾਰਨ ਹੈ? ਇਹ ਕਾਰਨ ਇਹ ਸੈਂਟਰ ਗੌਰਮੈਂਟ ਜਿਹੜੀ ਹੈ ਇਸ ਟਾਈਮ ਜਿਹੜੇ ਆ ਬੈਠੇ ਆ ਮੋਦੀ, ਤਾਂ ਜੇ ਉਹਦਾ ਬੰਦਾ ਜਿੱਤਦਾ ਤਾਂ ਮਾੜਾ ਮੋਟਾ ਵਿਕਾਸ 9 ਮਹੀਨੇ 'ਚ ਖੁਸ਼ ਕਰਾ ਸਕਦਾ, ਅਤੇ ਜਦੋਂ ਦੂਜੀ ਪਾਰਟੀ ਜਿੱਤਦੀ ਹੈ ਤਾਂ ਉਹਦਾ ਖੁਸ਼ ਨਹੀਂ। ਅਤੇ ਅਸੀਂ ਬੀਜੇਪੀ ਦਾ ਸੁਣਿਆ ਵੀ ਇਹ ਪ੍ਰਚਾਰ, ਉਹ ਇਹੀ ਕਹਿ ਰਹੇ ਆ ਵੀ ਹਾਂਜੀ ਇੱਕ ਵਾਰੀ 9 ਮਹੀਨੇ ਦੇਖ ਮੈਨੂੰ ਦੇਖ ਲਓ, ਇੰਦਰ ਇਕਬਾਲ ਸਿੰਘ ਕਹਿ ਰਿਹਾ ਤਾਂ 9 ਮਹੀਨੇ ਮੈਨੂੰ ਦੇਖ ਕੇ ਵੇਖੋ, ਜੇ ਮੈਂ ਖੁਸ਼ ਕਰਾ ਦੂੰਗਾ ਤਾਂ 9 ਮਹੀਨੇ ਬਾਅਦ ਤੁਹਾਡੇ ਹੱਥ 'ਚ ਫਿਰ ਕਲਮ ਆ, ਮੌਕਾ ਤੁਹਾਡੇ ਹੋਇਆ, ਮੈਨੂੰ ਦੇ ਦਿਓ, ਨਹੀਂ ਤਾਂ ਜੇ ਕੰਮ ਕਰਾਏ ਹੋਊਗੇ, ਨਹੀਂ ਤਾਂ ਨਾ ਦਈਓ। ਇਹ ਗੱਲ ਉਹਨਾਂ ਦੀ ਬਹੁਤ ਵਧੀਆ ਲੱਗੀ ਹੈ। ਤਾਂ ਵੈਸੇ ਤਾਂ ਬਾਕੀ ਵੇਖਿਆ ਜਾਵੇ ਤਾਂ ਪੰਜਾਬ ਸਰਕਾਰ ਜਿਹੜੀ ਇਹ ਹੈਗੀ ਹੈ ਝਾੜੂ ਦੀ, ਤਾਂ ਜੇ ਇਹਨਾਂ ਦੇ ਬੰਦੇ ਨੂੰ ਜਿਤਾਈਏ ਤਾਂ ਥੋੜ੍ਹਾ ਜਿਹਾ ਕੰਮ ਹੋਰ ਵਧੀਆ ਹੋ ਸਕਦਾ ਆ। ਇਹ ਤਾਂ ਹੋ ਗਿਆ ਫਾਇਦੇ ਨੁਕਸਾਨ ਦੀ ਗੱਲ, ਮਾਹੌਲ ਕੀ ਕਹਿੰਦਾ, ਕਿੱਧਰ ਨੂੰ ਜਾਂਦਾ ਮਾਹੌਲ? ਤਾਂ ਲੋਕ ਇਸ ਟਾਈਮ ਜਿਹੜੇ ਆ ਜ਼ਿਆਦਾਤਰ ਜਦੋਂ ਦੇ ਝਾੜੂ ਵਾਲੇ ਆਏ ਆ, ਇਹਨਾਂ ਨੇ ਖੁਸ਼ ਨਾ ਖੁਸ਼ ਵਿਕਾਸ ਕਰਾਇਆ ਹੀ ਹੈ, ਬਿਜਲੀ ਦੇ ਬਿੱਲ ਫ੍ਰੀ ਕੀਤਾ, ਗਰੀਬ ਬੰਦੇ ਨੂੰ ਬਹੁਤ ਰਾਹਤ ਆ, ਨਹੀਂ ਤਾਂ ਆਹ ਦਿਨਾਂ ਦੇ ਵਿੱਚ ਆ ਕੇ ਤਾਂ ਲੋਕ ਬੜੇ ਪਰੇਸ਼ਾਨ ਹੋ ਜਾਂਦੇ ਸੀ। ਤਾਂ ਇੱਕ ਥੋੜ੍ਹਾ ਜਿਹਾ ਘਟਿਆ ਆ, ਜਿਹੜਾ ਭ੍ਰਿਸ਼ਟਾਚਾਰ ਵੀ ਥੋੜ੍ਹਾ ਨੱਥ ਪਈ ਹੈ, ਤਾਂ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅੰਮ੍ਰਿਤਪਾਲ ਸਿੰਘ ਵੱਲੋਂ, ਉਹਨਾਂ ਨੂੰ ਵੀ ਠੱਲ ਪਾਈ ਹੈ, ਗੌਰਮੈਂਟ ਨੇ ਪਾਈ ਹੈ, ਗੌਰਮੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਇਹ ਬਹੁਤ ਵਧੀਆ ਹੋਇਆ ਕਿ ਚਲੋ ਦੰਗੇ ਨਹੀਂ ਹੋਏ, ਆਪਸ ਵਿੱਚ ਭਾਈਚਾਰਾ ਸਾਰਾ ਉੱਦਾਂ ਬਣਿਆ ਆ। ਕਿ ਇਹਨਾਂ ਦੇ ਬੇਰੁਜ਼ਗਾਰ ਦੀਆਂ ਜਿਹਦੇ ਕਿ ਮਤਲਬ ਕਿ ਕਿਸੇ ਇਹਨਾਂ ਦੇ ਕੰਮ ਦੇ ਵਿੱਚ ਅੜਚਣ ਘੱਟ ਆ ਰਹੀ ਹੈ, ਗਰੀਬ ਲੋਕਾਂ ਦੇ ਬਸ ਕੰਮ ਹੁੰਦੇ, ਮਤਲਬ
काम वो बाद दियां गल्लां जिहड़े काम कार आप कर रहे आ जिहड़े अपने नौकरियां कर रहे आ प्राइवेट कर रहे कोई भी इन्हां दे विच कोई इंटरफेयर घट हो रही है। अच्छा पहला हुंदा सी। हाँ जी चारों नहीं आना झाड़ू चढ़े आना साडा काम ही सारा खराब कर दो आना कितों आओ साडा ज्योतियों दा राह बंद कराता ही आटो लै कितों जाना आना जाना जिहड़ा रस्ता है ना आटो वालियां दा मेन काम हैगा शहर का रस्ता वो शहर का रस्ता जिहड़ा ना आम पार्टी ने बंद कराता है। जिन्हें भी आटो वाले ने हुण परेशान ने इस करके मेरा ख्याल है भी आटो वाले तो कभी वोट नहीं पाएंगे। 25-30 हज़ार आटो वाला चलता इतने एक आटो वाले दे नाल घट्टो घट्ट 4 जी तो है ही है लख सवा लख वोट होगी। इस करके मेरा भी विचार है भी मुश्किल है आम पार्टी किधर जाता किधर नू लगता बाकी आटो वाले की गल दस रहे हैं बाकी तो पता नहीं चलो जिन्हों गलबात होंगी है उन्होंने गल ही कर रहे हैं भी किधर नू जाता किधर नू लगता फिर अकाली दल भी आ सकता अपने जोर ला ही नहीं है जी पार्टियां तो सारे का जोर है पर हूँ डिक्लेयर नहीं कर सकते मतलब जो आम आदमी पार्टी नहीं तो फिर अगे भी खड़े है ना कांग्रेस भी खड़ी है अकाली दल है भाजपा है की लगता फिर उन्होंने चो कि लै जूगा साढ़े तो मान बाल्टी सिमरनजीत सिंह मान बाल्टी गुरजंट सिंह कट्टू खड़े वो ले जाने चांस है साढ़े वालों अच्छा माहौल की कहता कि ले जा सकता कोई दसो लग ही रहा गल जोर तो भाई हम सारे का ही है क्योंकि साढ़े जी साढ़े अपने जो महल है मिठू वासी के साथ भाई तकड़ी वोट जानी सारी तकड़ियां वोट पाने चाड़ू तो कहते कोई पानी नहीं बुढ़िया बीबिया भी परेशान ने कहते अभी तो वोट पाते नहीं बाकी है बाकी जो दिल करा जी तो मर्जी वोट पावे बहुजन समाज पार्टी अकाली दल तो बहुजन समाज पार्टी इकट्ठे खड़े अच्छा इन्हों का ही कारण की लगता क्यों पहला भी इन्होंने वधिया काम किए गांव भी करे आम पार्टी ने तो किया ही कुछ नहीं अच्छा साल च किया नहीं कुछ नहीं कुछ किया सानू तो लगता नहीं गा साडा तो पट्ठा बढ़ा था उन्होंने आटो वाले का देखो जी भाई माहौल तो दोनों पास चुकया हो जा रहा एक दिन मैं आ गया ही कांग्रेस का जलसा सी उत्थे भी काफ़ी कट कट होया पाया ही एक दिन मैं आप डेंगू भाई से उधर भी काफ़ी कट होया पाया सी 50-50 चांस लग रहे हैं। अच्छा हाँ जी इन दोवां दे दोनों दे जिहड़ी इन्हां दी होनी है कंपीटीशन जिहड़ा होना आप दा ते कांग्रेस दा होना वा अकाली ते बीजेपी दा इन्ना नहीं होना। अच्छा वो क्यों नहीं होने बाहर क्यों नहीं की लगता देखो जी बीजेपी कोई काम नहीं कर रहे वो सेंटर नूं गाला करदे पए लोग ਤਾਂ ਕਰਕੇ ਆਪਣੇ ਕੀਤਾ ਕੰਮ ਵੈਸੇ ਸਾਲ 'ਚ ਆਪਣੇ ਦੇਖੋ ਜੀ ਬਿਜਲੀ ਫਿਰੀ ਕੀਤੀ ਹੈ ਠੀਕ ਹੈ ਜੀ ਫਿਰ ਹੋਰ ਇੱਕ ਦੋ ਕੰਮ ਸੀ ਜਿਹੜੇ ਇਹਨਾਂ ਨੇ ਸ਼ੁਰੂ ਕੀਤੇ ਆ ਕੁਛ ਪੇ ਹੈ ਪੈਂਡਿੰਗ 5 ਸਾਲ ਹੈਗੇ ਇਹਨਾਂ ਕੋਲ 4 ਸਾਲ ਹੈਗੇ 1 ਸਾਲ ਹੋਇਆ ਵਾ ਦੇਖੋ ਜੇ ਕਰੂੰਗੇ ਤਾਂ ਨੈਕਸਟ 5 ਸਾਲਾਂ ਬਾਅਦ ਵੀ ਅਗਲੇ ਆ ਜਾਣਗੇ ਨਹੀਂ ਤਾਂ ਫਿਰ ਕੋਈ ਨਾ ਕੋਈ ਤਾਂ ਆਉਣੀ ਤਾਂ ਹੈ ਹੀ ਹੈ ਭਾਜੀ ਰਿੰਕੂ ਹਾਂਜੀ ਰਿੰਕੂ ਭਾਜੀ ਅੱਛਾ ਕੀ ਕਾਰਨ ਕੀ ਹੈ ਕਾਰਨ ਜਿਨ੍ਹਾਂ ਦੀ ਸਰਕਾਰ ਆ ਉਹਨਾਂ ਦੇ ਬੰਨੇ ਅੱਛਾ ਕਿਸੇ ਹੋਰ ਨੂੰ ਨਹੀਂ ਜਿੱਦਣਾ ਕਿਸੇ ਸਰਕਾਰ ਦਾ ਕੋਈ ਫਾਇਦਾ ਹੈਗਾ ਸਰਕਾਰ ਦਾ ਫਾਇਦਾ ਤਾਂ ਸਾਨੂੰ ਹੈ ਨਹੀਂ ਅੱਛਾ ਫਾਇਦਾ ਨਹੀਂ ਹੈ ਨਹੀਂ ਸਾਲ 'ਚ ਫਾਇਦਾ ਹੋਇਆ ਕਿ ਨਹੀਂ ਸਰਕਾਰ ਬਣੀ ਦਾ ਸਰਕਾਰ ਨੂੰ ਫਾਇਦਾ ਵੀ ਹੈ ਘਾਟਾ ਵੀ ਹੈ ਅੱਛਾ ਹਾਂਜੀ ਘਾਟਾ ਕਿਵੇਂ ਘਾਟਾ ਇਹ ਜਿਹੜੇ ਚਾਰੇ ਅੱਜ ਤੱਕ ਗੋਲੀ ਕਦੀ ਕਿੱਥੇ ਆ ਚੀਜ਼ ਅੱਛਾ ਮਾਹੌਲ ਖਰਾਬ ਜਿਹੜਾ ਮਾਹੌਲ ਖਰਾਬ ਅੱਛਾ ਮੁਕਾਬਲਾ ਕਿਹਦੇ ਕਿਹਦੇ 'ਚ ਮੰਨਦੇ ਵੈਸੇ ਮੁਕਾਬਲਾ ਤਾਂ ਉਹ ਇਹ ਕਾਂਗਰਸ ਜੋਤੀ ਜਗੀਰ ਸਿੰਘ ਦੀ ਵਾਈਫ ਅਤੇ ਰਿੰਕੂ ਭਾਈ ਪਲੜਾ ਕਿਹਦਾ ਭਾਰੀ ਹੈ ਸਾਡੇ ਦਿਮਾਗ 'ਚ ਕਾਂਗਰਸ ਦੇ ਲੱਗਦਾ ਮੇਰੇ ਹਿਸਾਬ ਨਾਲ ਤਾਂ ਰਿੰਕੂ ਦੀ ਸੀਟ ਹੈ ਜਲੰਧਰ ਸੈਂਟਰ ਪੱਕਾ ਸ਼ੋਰ ਹੈ ਤੋਂ ਪਿੰਡਾਂ ਦਾ ਮਾਹੌਲ ਜਿਹੜਾ ਸਾਰਾ ਆਮ ਆਦਮੀ ਪਾਰਟੀ ਦਾ ਜੀ ਕਾਰਨ ਕੀ ਹੈ ਕਾਰਨ ਹੈ ਕਿ ਜਿਹੜੀ ਸਰਕਾਰ ਪੰਜਾਬ ਦੀ ਹੈ ਆਮ ਆਦਮੀ ਪਾਰਟੀ ਦੀ ਹੈ ਇਸ ਕਰਕੇ ਉਹ ਚਾਹਦੇ ਪਿੰਡੂ ਲੋਕ ਵੀ ਸ਼ਹਿਰੇ ਵਾਲੇ ਵੀ ਉਹ ਚਾਹਦੇ ਆ ਵੀ ਹੈਪੀ ਆਮ ਆਦਮੀ ਪਾਰਟੀ ਦਾ ਹੀ ਹੋਵੇ ਅਸੀਂ ਗਾਂ ਇਹਨਾਂ ਤੋਂ ਕੰਮ ਲਵਾਂਗੇ ਇਹੋ ਹੀ ਸੋਚ ਆ ਲੋਕਾਂ ਦੀ ਬਦਲਾਅ ਤਾਂ ਇਹੋ ਹੀ ਆ ਨਾ ਪਹਿਲੇ ਤਾਂ ਚਲੋ ਪਾਰਟੀਆਂ ਬਦਲੀਆਂ ਬੰਦੇ ਤਾਂ ਪੁਰਾਣੇ ਹੀ ਆ ਬੰਦੇ ਤਾਂ ਇੱਧਰ ਉੱਧਰ ਜਾ ਹੀ ਜਾਂਦੇ ਤੁਹਾਨੂੰ ਪਤਾ ਹੀ ਆ ਮੁਕਾਬਲਾ ਕਿਹਦੇ ਨਾਲ ਹੋਊਗਾ ਮੁਕਾਬਲਾ ਜ਼ਿਆਦਾ ਸੰਤੋਖ ਚੌਧਰੀ ਦੇ ਹੀ ਆ ਉਹ ਬੀਬੀ ਕਿਹੜੀ ਕਰਮਜੀਤ ਬਾਕੀ ਇਹ ਕੋਈ ਨਹੀਂ ਰਾਤੋਂ ਰਾਤ ਗੇਮ ਪਲਟਦੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਰਾਤ ਨੂੰ ਇਹੋ ਜਿਹਾ ਕਿਉਂ ਰਾਤ ਨੂੰ ਫਿਰ ਪੈਸਾ ਚੱਲਦਾ ਨਾ ਲੋਕ ਦਿੰਦੇ ਆ ਨਾ ਪੈਸਾ ਵੋਟਾਂ ਖਰੀਦਣ ਲਈ ਆਹ ਜਿੱਦਾਂ ਗੁਰਜੀਤ ਰਾਣਾ 500-500 ਰੁਪਇਆ ਦੇ ਰਿਹਾ ਸੀ ਬੜਾ ਚੱਲਿਆ ਹੈ ਨਾ ਬੜੀ ਉਹ ਚੱਲੀ ਆ ਆਪਣੇ ਫੇਸਬੁੱਕ 'ਤੇ ਕਾਂਗਰਸ ਵੱਲ ਦਾ ਚਾਂਸ ਲੱਗ ਰਿਹਾ ਮੈਨੂੰ ਤਾਂ ਇਸ ਵਾਰੀ ਅੱਛਾ ਕੀ ਕਾਰਨ ਕੀ ਹੈ
क्योंकि आम आदमी पार्टी ने जड़ी वोटा लीतिया पूरे वादे पूरे नहीं किए जिस हिसाब न आप माहौल देख रहे हैं जगह जगह धरने लग रहे हैं उस करके इस बार लग रहा कांग्रेस ले जाएगी मुकाबला फिर कि ये बीजेपी होएगी या कांग्रेस वाल अच्छा आम आदमी पार्टी मुकाबले मतलब नहीं है नहीं झाड़ू वाला ही है अच्छा वही लिया सकता तो सरकार हो रही है जितना उन्हें ही है अच्छा सरकार वाला जिद्दा सरकार वाला जिद्दा ही जेरे मगर पब्लिक है उन्हें जितना अच्छा वो जितना संगरूर च नहीं ना जितते सी चलो पंजाब जो जितया ही है पंजाब जो कांग्रेस का खत्म ही हो गई है मुकाबला फिर कितना होगा झाड़ू का पंजे वाली हो तकड़ी तुकड़ी तो घट ही है और सरकार ही नहीं हुआ काम किए सरकार ने एक साल च काम तो भाजी किसने भी नहीं किया अभी कही केजरीवाल तो कहता ही 1000 रुपया पावे कोई नहीं पाया कहता ही मैं 1000 रुपया पाऊँगा सारे जनानियों को पेंशन लवाऊंगा किसने नहीं पाया बड़ी नहीं गल कुछ भी नहीं है जी वोटा पाते अगले मुड़के कोई पुछता किसी कोई नहीं पुछता बस झाड़ू झाड़ू अच्छा वो की कारण है कारण हम पार्टी उ अच्छा बाकी तो सब पार्टियां फुद्दू है अच्छा बाकी तो पार्टी है कोई नहीं काम किए उन्होंने काम कर ही रहे हैं मुकाबला कि फिर मुकाबला तो किसी नाल भी है नहीं अच्छा जे जितेगी चौधरी तो चौधरी तो मरण करके जितेगी अदरवाइज नहीं कांग्रेस तो कांग्रेस का वजूद खत्म हो गया भाई कांग्रेस ने की किया अकाली भाजपा जेडे वो तो खत्म ही उन्होंने जरना अकाली तो खाली हो गए हम कि अकालिया ने बोले जोड़ा सही बंदा बादल हो तो मर गया सुखबीर चोर मजिठिया चोर इन्होंने की किया कुछ नहीं किया सही बंदा मर गया अच्छा वो भी नुकसान होगा अकालिया वो भी नुकसान माहौल तो इस वे आम पार्टी का ज्यादा है आम पार्टी का ज्यादा है क्योंकि आम पार्टी ने जद्दी सरकार बनी है लोगों को फायदा भी दिता है बिजली के बिल माफ हो गए लोग बहुत गुस्से ने उन्होंने करके बस आप आम पार्टी वाला कि साडा ही फायदा हो रहा उन्होंने करके ठीक है मुकाबला कि कांग्रेस न कांग्रेस तो दोनों का ही मुकाबला है बाकी दो पार्टियां है इन्हें दोनों च एक की सरकार बननी है या आम की बन जाए या कांग्रेस की बन जाए अकाली भाजपा है नहीं वो नहीं लागे नहीं पुजने साइड नहीं लोगों की गलबात तो की लग रहा माहौल भी कि पलड़ा भारी है लोगों की गलबात तो वैसे आम आदमी कह रहे हैं पर कह कुछ नहीं सकते असं कांग्रेस भी लिजा सकती सी हाँ जोर बीजेपी भी लगाएगी अपना पूरा क्योंकि सेंटर चोना की सरकार है वो चाहते है कि सीट सानू मिल जाए किसी तरीके पंजाब चो तो साडा वाध आए अगले जोर तो लगाएंगे पूरा अंदर खाते अकाली भाजपा और जो अकाली जोड़ है बसपा ना वो भी अपने जोर पूरा ला रहे हैं बाकी देखो मुकाबला कितना कितना लगता मुकाबला तो मेन कांग्रेस के आम पार्टी का ही लग रहा है इन्हें जो फिर कांग्रेस का पलड़ा भारी कांग्रेस का पलड़ा भी भारी हो सकता बराबर की टक्कर बराबर की टक्कर है इन्हें जरा मर्जी पार्टी बाजी मार जाए कोई नहीं कह सकते क्योंकि इस वे पंजाब सरकार जी आम पार्टी की है ठीक है इन्हें पूरा जोर ला देना वे आम पार्टी जाना ज्यादा ज्यादा नाम चौधरी का चल रहा भाई अच्छा मेरे हिसाब से नहीं देनी चाहिए सर सब जिन्हें भी है सब खाई वाले कोई किसी का कोई नहीं देने वाला है साथ बस शराबा वंड देंगे वोटा ले लेंगे पैसा वंड देंगे वोटा ले लेंगे बस और कोई काम नहीं या पैसे वंड देंगे आ पिछे उन्हें झाड़ू वाले ने कहा कि 1000 रुपया सारे देवे जी साडा कुछ करो की किया उन्हें कुछ नहीं किया रेट कुछ नहीं आया कोई नहीं बजते अगे सब थले ही जा रहे हैं किसी का कोई वजूद नहीं किया इन्होंने साढ़े वर्गा बंदा उदा मरिया पे दिहाड़ीदार वाला काम हो गया साल काम नहीं किया कुछ नहीं किया की किया भाजी बस बिजली माफ की हो जाएगा कुछ नहीं आना ओह अगे वधा के कटती है आम आदमी अच्छा की कारण की आम आदमी ने वेखो काम वधिया किए जी अच्छा हाँ जी जिदा हूँ वेखो तुम्हें पता अजक बहुत ज़्यादा सुधार होया आम आदमी ने बहुत ज़्यादा केयर की लोगों की फायदे जे लोग काम किए एक साल हाँ जी काम काम वेखो जिदा हूँ लोगों का आम आदमी ने बिल माफ़ किए हैं जी बिल वालों कि लोगों को सहूलत मिली है जी लोगों के तीन तीन चार चार हज़ार बिल आते अठ अठ दस दस हज़ार बिल आते लोगों का हूँ गरीब बंदे का बचाव हो रहा है जी बिल वालों ये चीज़ मुकाबला कि होगा फिर आम आदमी पार्टी इस टाइम बीजेपी ना जी
आप ते बीजेपी दा हां जी कांग्रेस ते अकाली बसपा नहीं ज्यादा बीजेपी दे आम आदमी दा इस टाइम हां जी भाजी जेडी मेन टक्कर लग रही है ना ओ जेडी लग रही है ना साइलेंट वोट पेगी कांग्रेस नु या आप झाड़ू दा मुकाबला लग रहा अच्छा साइलेंट वोट पैनी है कांग्रेस नु ते रोला ज्यादा होनी बारे पर लग रहा कि कांग्रेस दे पलड़ा भारी ओदा झाड़ू दा ते कांग्रेस दा मुकाबला लग रहा अकाली बसपा दे नहीं इन्ना नहीं सुनिया भाजपा दा जरूर सुन रहे हैं भाजपा दा विचार सुन रहे हैं शहरी च बड़े जने ने गल कही कि भाजपा नूं वोट पाने इन्हूं भी एक मौका देना काफ़ी मन दे विच मैं काफ़ी जने नाल दुध लैन चाहिए उत्थे भी एक गल हुंदी है क्योंकि इन्हां जगह ते हुंदी गल्लां ओह गल कर रहे सी कि अज कि भाजपा नूं मौका देना चाहिए एक वारी मना चाहिए यह जरूर मैं जरूर सुनिया तुहानूं मैं दस्सिया साइलेंट वोट पै सकदी है ना कहना कुछ तो कर दे तो हूँ 13 तरीक न पता लगेगा कांग्रेस झाड़ू वैसे ही झाड़ू रह जाना होना कुछ नहीं है और ज़्यादा उम्मीद कांग्रेस से ही है इन्हें मीटर ना हल नहीं होना कुछ करे तो ही हल होगा कल मीटर के बंद कराता लोगों बस मीटर के काम कुछ नहीं होना काम काज उदा ही उड़े पे ने यह देखिए हम इलैक्शन तो बाद मीटर का हल भी की करते बिल फिर चिट्ठी आ जानी है शुरू बस ना दा ही झाड़ू है हुण अगो देखियो इलैक्शन तो बाद रिजल्ट की मिलता इन्हां नूं किद्दां पब्लिक नूं छिलदे जां पब्लिक नूं खांदे ये तो पता लग ही जाएगा तुहानूं आपे झाड़ू लै जाएगा अच्छा की कारण की लगदा बस काम वधिया करदे पे आ भगवंत मान आया वा अच्छा कर रहा जो कर रहा अच्छा ही कर रहा जोर तो जिहड़ा आपदा ही है झाड़ू वालिया दा बाकी देखो उहदा की कारण लगदा पब्लिक कहिंदी कारण जोड़े काम कुम किए ने इन्होंने थोड़ा बहुत मेन तो बिजली का जोड़ा वधिया करता ना सारे पब्लिक ही खुश है इस चीज़ तो मेन तो दुखी तो ये बिलों तो बाकी होर भी काम तो पता ही है किसानों किसानों के चंगे किए ने बारिश बुरश जी पई है ठीक है मुआवजा अगले पहले टकाता बाकी सरकार कोई देंदे पल नहीं पाया बेचारे जे अगे जी लेबर चकती करती थी उन्होंने मिले अगे मुआवजा गुंडागर्दी बहुत वध गई है उदों दे हालात बहुत खराब हो गए ने ते किसी दी कोई सुनवाई नहीं किसी थाने चौकी कोई सुनवाई नहीं हैगी इस करके लगता कि इस वारी जलंधर की जनता बीजेपी नूं वोट पाएगी अटवाल साहब नूं जिताएगी लगता तां आपां नूं इदां मुकाबला कितने लगता मुकाबला कांग्रेस नाल आप तो तीजे नंबर ते है अच्छा भाजपा ते कांग्रेस दा मुकाबला भाजपा ते कांग्रेस दा मुकाबला जी तीसरे नंबर ते आएगी आम आदमी पार्टी अकाली बसपा चौथे नंबर सीट रिंकू दी होंदी है सो जी हां क्योंकि माहौल सारा उस तरफ दा होया दा इस करके आप बल दा ही क्यों माहौल की कारण की लगदा फैसिलिटीज दे रहे ने लोकां नूं जिन्ना जिहड़ा कदी आई तक किसी गवर्नमेंट ने नहीं कीता गल नहीं है इस करके किदा नहीं सोच जिस तरह मतलब बिजली वालों भी होर भी काफ़ी चेंजेस कर रहे हैं जी ऑल ओवर जीडिया पहले कभी नहीं हुई ये भाजी 60% झाड़ू है 40% कांग्रेस है अच्छा हाँ जी भी उम्मीद तो ज़्यादा झाड़ू की है बाकी कोई पता नहीं 40% कांग्रेस के भी चांस है बाकी है भाई झाड़ू क्यों लगती है कारण की है वह कुछ इन्होंने बिजली के बिल माफ किए ने कोई इन्होंने चीज़ों करके थोड़ा जहा फर्क तो पैदा जी देखो माड़े बंद 1000-1500 रुपया भी बहुत है जिन्हें 2000 महीने का भरना 2 महीनों का जिन्हें दिहाड़ी करनी वे तो 1500-2000 भी बहुत है बाकी ये है भी 60-40 है 60% झाड़ू है तो 40% कांग्रेस है ਠੀਕ ਮੁਕਾਬਲਾ ਇਹਨਾਂ ਜੀ ਹਾਂ ਇਹਨਾਂ ਚਾਹੀਏ ਜੀ ਕੋਈ ਤੀਜੀ ਪਾਰਟੀ ਕੀ ਕਹਿੰਦਾ ਮਾਹੌਲ ਹੈ ਸਵੇਰੇ ਕਿੱਧਰੋਂ ਜਾਂਦੀ ਸੀ ਜੀ ਆਪਣੇ ਝਾੜੂ ਵਾਲਾ ਲੈ ਜੂਗਾ ਜੀ ਸੀਟਾਂ ਕੰਮ ਬਹੁਤ ਕਰ ਰਿਹਾ ਵਾ ਟਾਈਮ ਲੱਗਦਾ ਭਾਜੀ ਕੰਮ ਨੂੰ ਠੀਕ ਹੈ ਕੰਮ ਹੌਲੀ ਹੌਲੀ ਸਪੀਡ ਨਾਲ ਕਰਦੇ ਪਏ ਆ ਬਿਜਲੀ ਦਾ ਬਿੱਲ ਮਾਫ ਕਰਤਾ ਇਹਨਾਂ ਨੇ ਬਹੁਤ ਵਧੀਆ ਕੀਤਾ ਇਸ ਕਰਕੇ 100% ਝਾੜੂ ਲੈ ਕੇ ਜਾਊਗੀ ਹੋਰ ਕਿਹੜੇ ਕੰਮ ਇੱਕ ਤੇ ਬਿਜਲੀ ਬਿਜਲੀ ਹੋ ਗਿਆ ਮਤਲਬ ਜਿਹੜੇ ਹੋਰ ਜਿੱਦਾਂ ਮਤਲਬ ਸਾਰੇ ਕੰਮ ਠੀਕ ਕਰਦੇ ਪਏ ਆ ਮਤਲਬ ਹੌਲੀ ਹੌਲੀ ਖਜ਼ਾਨਾ ਭਰੂਗਾ ਤਾਂ ਉਸ ਹਿਸਾਬ ਨਾਲ ਸਾਰਾ ਚੱਲੂਗਾ ਕੰਮ ਮੁਕਾਬਲਾ ਕਿਹਦੇ ਨਾਲ ਮੁਕਾਬਲਾ ਹੀ ਆਪਣਾ ਕਾਂਗਰਸ ਨਾਲ ਹੀ ਆ ਜੀ ਅਤੇ ਅਕਾਲੀ ਬਸਪਾ ਵਾਲੇ ਭਾਜਪਾ ਵਾਲੇ ਉਹ ਇਸ ਟਾਈਮ ਹੈ ਨਹੀਂ ਇਹ ਬਹੁਤ ਪਿੱਛੇ ਹੈ ਉਹ ਪਿੱਛੇ ਆ ਉਹ ਰੇਸ ਦੇ ਪਿੱਛੇ ਘੋੜੇ ਉਹ ਪਿੱਛੇ ਰਹਿ ਗਏ ਇਹਨਾਂ ਜੀ ਬਿਲਕੁਲ 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 ਅੱਗੇ ਕੰਮ ਕਰਨਗੇ ਤਾਂ ਹੋਰ ਜਨਤਾ ਦਾ ਸਕੋਪ ਇਹਨਾਂ ਵੱਲ ਹੋ ਜਾਏਗਾ ਜੇ ਨਹੀਂ ਕਰਨਗੇ ਤਾਂ ਅੱਗੇ ਫਿਰ ਤੁਹਾਨੂੰ ਪਤਾ ਹੀ ਆ
जनता ने जनता दे, जनता का साथ देंगे तो वोटा मिल जाएगियाँ, जे नहीं कम करे तो दैट्स ऑल फिनिश। ये चक्कर है, साल ठीक है, बिल्कुल ठीक है। सीट तो भाजी हजे कन्फर्म नहीं है, लोग तो आम आदमी पार्टी का जिक्र कर रहे हैं, बाकी फाइट तो इस टाइम चारों पार्टियाँ करूगी, शहर चो तीनों पार्टियाँ करूगी, कांग्रेस अकाली दल बीजेपी जी, पिंड अकाली दल बसपा को पैनी वोट। कारण की लगता भी आम आदमी पार्टी का तुम क्या ज्यादा? देखो पहले वर्गा तो उन्होंने क्रेज़ तो रहा नहीं है आम आदमी पार्टी का, फिर भी आम आदमी पार्टी कुछ फाइट करेगी। इस टाइम तो आम आदमी पार्टी का ही है, कांग्रेस करेगी जा आम आदमी पार्टी करेगी, इन्हों का ही है। नहीं बीजेपी भी करेगी, जो सेंटर की उन्हों की सरकार हैगी है, तो कुछ बेनीफिट अगर जनता ने बेनीफिट लेने हैं तो सेंटर को भी देखना पैना उन्होंने, अगर लोगों ने अपने काम कराने हैं फिर आम आदमी पार्टी का आना चाहिए। बस है तो इस तरह ही है जी, आम पार्टी वाला ही है जी, तो जय जयकार हो रही है। कारण बस बिजली फ्री, बिजली फ्री, पब्लिक खुश हो गई है। अच्छा इन्हें जी उन्होंने खुश कर दिया, लो जी ऐश करो, मोजा लो, एसी चलाओ। ठीक है, बाकी तो निके मोटे काम तो चलते रहते, फिर तुम्हें पता जी खुश तो पब्लिक होती नहीं है, उन्हें कहना जी रोड खराब है जी, सड़क पट दी जी, वह करते जी, यह करते जी, ये काम चलते रहना, जी पार्टी आँदी उन्होंने सारे ने तोड़नी है, तो नवी भी बनानी है, बाकी अजे तक तो आम पार्टी वालों कामयाबी की संभावना। हवा तो जी हैगी कांग्रेस की बनी जा रही है, क्योंकि आम आदमी पार्टी ने ना जे रिंकू करके लोग कई कहें 30 साल कांग्रेस से रहा हूँ इधर आ गया है, बाकी जी कांग्रेस की वोट है वो तो वोट रहनी रहनी पक्की है। आपने साल च कम किए? कम की किया जी, बस कोई खास काम नहीं किया है जी, एक ना औरतों को कहा जी 1000 रुपया महीना देवे, ना ही वह भी नहीं दिता है, जिसे करके ना ही आई थी पार्टी। मैं तो जी मेन ज़्यादा कांग्रेस का लगता, क्योंकि आम आदमी का कोई इन्ना किया नहीं उन्होंने, ठीक है ना, तो इस कारण करके ना तो आप कांग्रेस को वोट पाई ली, आप उन्होंने कहना ठीक। तो आपने किया नहीं कोई साल च? मैं कुछ भी नहीं किया जी, जनानिया तो कहते पैसे देवे वो नहीं दते, नौकरियां रखा वो नहीं रखिया। फिर मुकाबला कितना कहता हूँ? मुकाबला जी कांग्रेस का तो रहेगा आम आदमी का, इस वेले तो हम जिदा है कि आम आदमी पार्टी का जोर लगता है, तो बाकी कांग्रेस के बंदे भी है, इतने अकाली के भी है, कल मजीठिया भी आया सब, अच्छा। पता इतने कोई नहीं लगना, पता लगता किधर नू किधर हो जाना, सामने गल कि नहीं सच नहीं कोई दसता भी कि पासे जाना कि पास नहीं, जिते अगले की मर्जी अगला पास आता है, ज्यादा कहना भी नहीं पाता कोई। ਲੋਕਾਂ ਦਾ ਰੁਝਾਨ ਤਾਂ ਇੱਦਾਂ ਹੀ ਆ ਜੀ, ਸੁਸ਼ੀਲ ਜਿੰਚੂਰ ਹੈ ਉਹਦਾ ਰਿੰਕੂ ਦਾ ਜ਼ੋਰ ਆ ਜੀ। ਅੱਛਾ ਹਾਂਜੀ, ਉਹ ਕੀ ਕਾਰਨ ਹੈ? ਕਾਰਨ ਜੀ ਕੋਈ ਸਰਕਾਰ ਆਮ ਪਾਰਟੀ ਦੀ ਹੈਗੀ, ਉੱਪਰ ਵੀ ਤਾਂ ਇੱਕ ਵਾਰੀ ਮੌਕਾ ਕਹਿੰਦੇ ਦੇ ਕੇ, ਜਦੋਂ ਪਿਛਲੀ ਵਾਰੀ ਵੀ ਦਿੱਤੇ ਆ ਮੌਕੇ, ਨਵੇਂ ਹਰੇਕ ਦਾ ਬਦਲਾਅ ਚਾਹੁੰਦੇ ਆ, ਕਾਂਗਰਸ ਦੇ ਜਦੋਂ ਰਹੇ ਆ ਚੌਧਰੀ ਸੰਤੋਖ ਸਿੰਘ ਜੀ, ਚਲੋ ਉਹਨਾਂ ਦਾ ਵੀ ਹੋਣ ਦੇ ਕਾਰਨ ਹੈ ਨਾ ਥੋੜ੍ਹਾ ਜਿਹਾ ਹੋ ਜਾਂਦਾ ਹਿਸਾਬ ਤਾਂ, ਬਾਕੀ ਇਸ ਵਾਰ ਜ਼ੋਰ ਤਾਂ ਉਹਨਾਂ ਦਾ ਹੀ ਲੱਗ ਰਿਹਾ ਜੀ। ਅੱਛਾ, ਆਪ ਦਾ ਹੀ ਕੰਮ ਮੁਕਾਬਲਾ ਜੀ, ਦੇਖੋ ਹੁਣ ਆਪਣਾ ਤਕੜੀ ਨਾਲ ਹੀ ਚੱਲ ਰਿਹਾ ਮੁਕਾਬਲਾ ਉਹਨਾਂ ਦਾ, ਅਕਾਲੀ ਬਸਪਾ ਅਤੇ ਆਪ ਦਾ ਮੁਕਾਬਲਾ। ਹਾਂਜੀ ਹਾਂਜੀ ਉਹਨਾਂ ਦਾ ਜੀ ਮਾਹੌਲ ਭਾਜੀ, ਅੱਜ ਕੱਲ੍ਹ ਲੋਕ ਬਸ ਇਹ ਕੰਮਕਾਰੀ ਦੇਖਦੇ ਆ, ਜਾਂ ਜੇ ਕੋਈ ਪੰਜਾਬ ਦੀ ਗੱਲ ਕਰਦਾ ਜਾਂ ਪੰਜਾਬ ਦਾ ਮੁੱਦਾ ਉਠਾਉਂਦਾ, ਐਤਕੀ ਮੈਨੂੰ ਲੱਗਦਾ ਵੀ ਬਸ ਆਪਾਂ ਨੇ ਆਮ ਆਦਮੀ ਪਾਰਟੀ ਦੇ ਉਹਦਾ ਅਕਾਲੀ ਬਸਪਾ ਦਾ ਹੀ ਆ ਭਾਈ। ਦੇਖੋ ਜੀ ਹੁਣ ਲੋਕਾਂ ਦਾ ਤਾਂ ਜਿੱਦਾਂ ਐਤਕੀ ਥੋੜ੍ਹਾ ਕਾਂਗਰਸ ਵੱਲ ਜ਼ਿਆਦਾ ਆ ਜੀ, ਕਾਰਨ ਬਸ ਵੈਸੇ ਹੀ ਜੀ ਹੁਣ ਕੁਛ ਸਮਝ ਨਹੀਂ ਆਉਂਦੀ, ਕਿਉਂਕਿ ਸਾਡੇ ਤੋਂ ਇੱਥੇ ਸਾਰੇ ਆਉਂਦੇ ਰਹਿੰਦੇ ਆ, ਜਿੱਦਾਂ ਆਪ ਹੀ ਉਹ ਰਿਵਿਊ ਦਿੰਦੇ ਆ, ਅਤੇ ਸ਼ਾਇਦ ਐਤਕੀ ਕਾਂਗਰਸ ਦੀ ਜਿੱਤ ਹੋ ਜਾਵੇ ਜੀ। ਅਸੀਂ ਤਾਂ ਆਪ ਤਾਂ ਚਲੋ ਅਸੀਂ ਆਪ ਅਕਾਲੀ ਮਾਇੰਡਡ ਹਾਂ, ਖੁਦ ਹਮੇਸ਼ਾ ਪੰਥ ਨੂੰ ਵੋਟ ਪਾਈਏ ਅਕਾਲੀ ਦਲ ਬਾਦਲ ਨੂੰ ਜੀ। ਹਾਂਜੀ, ਪਰ ਬਾਕੀ ਹੁਣ ਕੀ ਕਹਿ ਸਕਦੇ ਜੀ, ਅਤੇ ਉਹਨਾਂ ਦਾ ਨਹੀਂ ਹੈ ਸੁਖਵਿੰਦਰ ਸੁੱਖੀ ਉਮੀਦਵਾਰ ਖੜ੍ਹੇ ਆ, ਉਹ ਨਹੀਂ ਜਿੱਤ ਸਕਦੇ? ਦੇਖੋ ਬਾਈ ਜਿੱਤਣਗੇ ਉਹ ਵੀ, ਕਿਉਂਕਿ ਸਾਡਾ ਤਾਂ ਪਿੰਡ ਭਤੀਜਾ ਸ਼ੁਰੂ ਤੋਂ ਅਕਾਲੀ ਦਲ ਉੱਥੇ ਫਾਸਟ ਹੀ ਆਉਂਦਾ ਜੀ। ਅੱਛਾ, ਸਾਡੇ ਜ਼ਿਆਦਾ ਪਿੰਡ ਅਕਾਲੀ ਦਲ ਹੀ ਆ ਜੀ ਵੋਟਾਂ। ਓਵਰਆਲ ਜਲੰਧਰ 'ਚੋਂ ਲੱਗ ਰਿਹਾ ਵੀ ਕਾਂਗਰਸ? ਹਾਂ ਦੇਖੋ ਜੀ, ਇਹ ਜਿੱਦਾਂ ਜੋ ਹਵਾ ਆ ਜੀ ਸੁਣਨ 'ਚ ਆਇਆ ਲੋਕਾਂ ਤੋਂ ਜੀ, ਉਹ ਤਾਂ ਇਹੀ ਆ ਵੀ ਐਤਕੀ ਸ਼ਾਇਦ ਕਾਂਗਰਸ ਦਾ ਕਹਿੰਦੇ ਸੀਟ ਪੱਕੀ ਆ ਜੀ। ਸਾਨੂੰ ਹਲੇ ਕੁਛ ਵੀ ਨਹੀਂ ਲੱਗਦਾ। ਅੱਛਾ, ਕੋਈ ਦੱਸਦਾ ਹੀ ਨਹੀਂ ਕਿਹਨੂੰ ਵੋਟ ਪਾਉਣੀ ਆ, ਝੂਠੀ ਬੋਲ ਜਿੱਦਾਂ ਸੱਚ ਨਹੀਂ ਬੋਲਣਾ ਝੂਠੀ ਬੋਲੀ ਜਾਣਾ। ਇੱਕ ਇਹ ਬੰਦੇ ਨੇ ਕੰਮ ਨਹੀਂ ਕੀਤਾ ਕਿਸੇ ਨੇ ਵੀ ਅੱਧੇ। ਅੱਛਾ, ਐਵੇਂ ਜਿੱਦਾਂ ਕਹੀਏ ਵੀ ਝਾੜੂ ਨੇ ਕੀਤਾ, ਉਹ ਨਹੀਂ ਕੀਤਾ ਕੁਛ ਨਹੀਂ। ਲੋਕਾਂ ਦਾ ਯਕੀਨ ਇਹੋ ਹੀ ਆ ਵੀ ਕਾਂਗਰਸ ਦਾ ਹੀ ਹੈ ਜ਼ਿਆਦਾ। ਅੱਛਾ, ਹਾਂ ਕੀ ਕਾਰਨ ਕੀ ਲੱਗਦਾ?
ਕਾਰਨ ਕਿ ਆਮ ਪਾਰਟੀ ਨੇ ਕੋਈ ਚੰਗਾ ਕੰਮ ਕੀਤਾ ਹੀ ਨਹੀਂ ਗਾ ਜੋ ਵਾਅਦੇ ਕੀਤੇ ਸੀਗੇ ਉਹ ਨਿਭਾਏ ਨਹੀਂ ਕੋਈ ਵੀ ਕੋਈ ਬਣੀ ਨਹੀਂ ਗੱਲ ਹੈ ਨਾ ਜਾਂ ਤਾਂ ਫਿਰ ਕਰਦੇ ਕੰਮ ਬਈ ਨੌਕਰੀਆਂ ਦੇਵਾਂਗੇ ਉਹ ਕਰਾਂਗੇ ਰੁਜ਼ਗਾਰ ਦਿੱਤਾ ਹੀ ਨਹੀਂ ਕਿਸੇ ਨੂੰ ਐਵੇਂ ਉਹ ਦੂਸਰੀਆਂ ਪਾਰਟੀਆਂ ਨੂੰ ਲਾਰਾ ਲੱਪਾ ਬਸ ਹੋਈ ਆ ਅਕਾਲੀ ਦਲ ਦਾ ਵੀ ਠੀਕ ਹੈ ਇੰਨਾ ਨਹੀਂ ਪਰ ਹਜੇ ਉਹ ਬਣੂਗਾ ਸਥਿਤੀ ਹਜੇ ਨਹੀਂ ਬਣੀ ਅਕਾਲੀਆਂ ਦੀ ਮੁਕਾਬਲਾ ਵੈਸੇ ਕਿਤੇ ਕਿਤੇ ਚ ਆਮ ਪਾਰਟੀ ਤੇ ਕਾਂਗਰਸ ਵਿੱਚ ਹੀ ਆ ਦੇਖੋ ਮੈਨੂੰ ਕਾਂਗਰਸ ਦੀ ਉਮੀਦ ਆ ਜੀ ਅੱਛਾ ਕੀ ਕਾਰਨ ਕੀ ਲੱਗਦਾ ਉਹਨਾਂ ਆਮ ਵਾਲਿਆਂ ਨੇ ਕੀਤਾ ਕੀ ਕੁਛ ਨਹੀਂ ਕੀਤਾ ਅੱਛਾ ਹਾਂਜੀ ਕੀ ਸਾਲ 'ਚ ਬਣੀ ਨਹੀਂ ਗੱਲ ਕੀ ਵਾਅਦੇ ਕੀਤੇ ਸੀ ਕਿੰਨੇ ਕੋਈ ਵਾਅਦਾ ਕੀਤਾ ਬਿਜਲੀ ਦਾ ਕਰਤਾ ਇੱਕ ਬਿਜਲੀ ਮਾਫ਼ ਕਰਤੀ ਰੁਜ਼ਗਾਰ ਦਿਓ ਫ੍ਰੀ ਦਾ ਕੁਛ ਚਾਹੀਦਾ ਨਹੀਂ ਲੋਕਾਂ ਨੂੰ 29,000 ਕਹਿੰਦੇ ਨੌਕਰੀ ਦੇ ਦਿੱਤੀ ਅਸੀਂ ਤਾਂ ਸਾਡੇ ਦਾ ਇੱਥੇ ਲਾਗੇ ਛਾਗੇ ਕਿਤੇ ਪਤਾ ਕਰ ਲਓ ਸਾਡੇ ਤਾਂ ਕੋਈ ਏਰੀਏ 'ਚ ਕਿਸੇ ਨੌਕਰੀ ਮਿਲੀ ਹੋਵੇ ਫਿਰ ਹੀ ਸਾਰੇ ਬਾਹਰ ਚੱਲ ਗਏ ਆ ਕੋਈ ਵੀ ਮੁੰਡਾ ਇੱਥੇ ਮੇਰੇ ਦੋ ਮੁੰਡੇ ਆ ਨੌਂ ਆ ਬੀ ਟੈਕ ਕੀਤੀ ਸੀ ਨੌਂ ਨੇ ਵੀ ਉਹ ਵੀ ਬਾਹਰ ਗਏ ਆ ਬਾਹਰ ਭੇਜੇ ਇੱਥੇ ਕੀ ਆ ਭੁੱਖ ਲੰਘ ਆ ਬਿਜਲੀ ਹੁਣ ਤੁਸੀਂ ਆਹ ਜਿਹੜਾ ਬੰਦਾ ਸਾਰਿਆਂ ਨੂੰ ਮਾਫ਼ ਹੈ ਮੇਰੀ ਖੁਦ ਦੀ ਡੈਰੀ ਆ ਮਾੜਾ ਜਿਹਾ ਬੈਲਾਂ ਦੇ ਵੀ ਅਗਲੇ ਮੀਟਰ ਘੱਟ ਜਾਂਦੇ ਆ ਸਾਨੂੰ ਕਾਹਦੀ ਸਹੂਲਤ ਆ ਠੀਕ ਨਹੀਂ ਹੁਣ ਮੋਟਰਾਂ ਜਾਂ ਦੇਰ 32 ਸਵੇਰ ਤੋਂ ਚੱਲ ਜਾਂਦੀ ਸ਼ਾਮਾਂ ਤੱਕ ਚੱਲਦੀ ਕਿਸੇ ਨੇ 20 ਦੀ ਮੋਟਰ ਪਾਈ ਕਿਸੇ ਨੇ 15 ਦੀ ਅਤੇ ਉਹਨਾਂ ਦੇ ਬਿੱਲ ਮਾਫ਼ ਆ ਕਮਰਸੀ ਵਾਲ ਜਿਨ੍ਹਾਂ ਦੇ ਬਿਜਨਸ ਆ ਉਹਨਾਂ ਦੇ ਬਿੱਲ ਆ ਹਾਂ ਦੂਜਾ ਆਇਆ ਹੁਣ ਭਗਵੰਤ ਮਾਨ ਆਇਆ ਚਲੇ ਤਾਂ ਇੱਦਾਂ ਕੰਮ ਤਾਂ ਸੋਹਣੇ ਕੀਤੇ ਆ ਰੋਡ ਤਾਂ ਵਧੀਆ ਬਣਾਇਆ ਹੀ ਆ ਇਹ ਗੱਲ ਆ ਬਾਕੀ ਬੰਦਾ ਤਾਂ ਨਹੀਂ ਕਰਦੇ ਹਜੇ ਤਾਂ ਆਪਣੇ ਜਿੱਤ ਸਕਦੇ ਫਿਰ ਤੁਹਾਨੂੰ ਹਾਂ ਜਿੱਤ ਸਕਦੇ ਆ ਇਹ ਤਾਂ ਵਧੀਆ ਹੈ ਬੰਦਾ ਲੋਕਾਂ ਦੇ ਮੁਕਾਬਲਾ ਆਮ ਪਾਰਟੀ ਦੇ ਅੱਛਾ ਕੀ ਕਾਰਨ ਕੀ ਲੱਗਦਾ ਕਿਉਂ ਕਾਰਨ ਉਹਨੇ ਕਈ ਕੰਮ ਕੀਤੇ ਹੈਗੇ ਅੱਛਾ ਹਾਂਜੀ ਕਿੱਦਾਂ ਦੇ ਜਿੱਦਾਂ ਦੇ ਬਿਜਲੀ ਦਾ ਕੀਤਾ ਉਹਨਾਂ ਨੇ ਹੋਰ ਪਾਣੀ ਦਾ ਕੀਤਾ ਕਈ ਕੰਮ ਕੀਤੇ ਉਹਨਾਂ ਨੇ ਅੱਛਾ ਹਾਂਜੀ ਤੇ ਮੁਕਾਬਲਾ ਕਿਹਦੇ ਨਾਲ ਹੋਊਗਾ ਕੀ ਲੱਗਦਾ ਮੁਕਾਬਲਾ ਕਾਂਗਰਸ ਨਹੀਂ ਹੋਊਗਾ ਮਾਹੌਲ ਦਾ ਹੁਣ ਕੀ ਤੁਹਾਨੂੰ ਦੱਸੀ ਉਹੀ ਤਾਂ ਗੱਲ ਕਰਦੇ ਆਪਾਂ ਵੀ ਕਿਸੇ ਦੇ ਮਨ ਦੀ ਗੱਲ ਦੇਖ ਬੰਦਾ ਸ਼ਰਾਬ ਪਲਾਉਂਦਾ ਇਹਨਾਂ ਟਾਈਮ 'ਤੇ ਸ਼ਰਾਬ ਦੀਆਂ ਬੋਤਲਾਂ ਘਰ ਘਰ ਦੇ ਕੇ ਜਾਂਦੇ ਆ ਪੀਂਦੇ ਸ਼ਰਾਬ ਉਹਨਾਂ ਦੀ ਆ ਵੋਟ ਕਿਸੇ ਹੋਰ ਨੂੰ ਪਾਉਂਦੇ ਉੱਥੇ ਕੀ ਕਰੂ ਬੰਦਾ ਹੈ ਇੱਦਾਂ ਦਾ ਮਾਹੌਲ ਹੁੰਦਾ ਕਿ ਨਹੀਂ ਹੁੰਦਾ ਠੀਕ ਹੈ ਨਾ ਇਹ ਗੱਲਾਂ ਸੱਚ ਆ ਪਾਰਟੀ ਚਲੋ ਜਿਹੜੀ ਮਰਜ਼ੀ ਆਵੇ ਲੇਕਿਨ ਗਰੀਬ ਜਨਤਾ ਨੇ ਦੁਖੀ ਰਹਿਣਾ ਜਿਹੜਾ ਗਰੀਬ ਆ ਉਹ ਗਰੀਬ ਨੂੰ ਕੁੱਖ ਨਹੀਂ ਮਿਲਣਾ ਨਹੀਂ ਆ ਸਾਲ 'ਚ ਬਣੀ ਨਹੀਂ ਗੱਲ ਹੈ ਸਾਲ 'ਚ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਨਹੀਂ ਕੋਈ ਬਣੀ ਨਹੀਂ ਗੱਲ ਉਹ ਹਜੇ ਜਦੋਂ ਤੱਕ ਉਹਨਾਂ ਨੇ ਕਰਨਾ ਉਦੋਂ ਤੱਕ ਉਹਨਾਂ ਦਾ ਟਾਈਮ ਪੂਰਾ ਹੋ ਜਾਣਾ ਉਹ ਸਰਕਾਰ ਫੇਰ ਬਦਲ ਜਾਣੀ ਆ ਉਹ ਕਰਨ ਦਾ ਮੌਕਾ ਤਾਂ ਕਿਸੇ ਨੂੰ ਵੀ ਨਹੀਂ ਮਿਲਦਾ ਨਹੀਂ ਉਹ ਕਹਿੰਦੇ ਸਾਲ 'ਚ ਬੜਾ ਕੁਛ ਕਰਤਾ ਚਲੋ ਸਾਨੂੰ ਤਾਂ ਕੁਛ ਨਹੀਂ ਦੇਖਿਆ ਭਰਾਵਾ ਅਸੀਂ ਤਾਂ ਦੇਖੋ ਆਹ ਜਗ੍ਹਾ 'ਚ ਬੈਠੇ ਹਾਂ ਸੜਕ ਦੇ ਉੱਤੇ ਘਰ ਪਾ ਕੇ ਇਹ ਵੀ ਲੋਕ ਕਹਿੰਦੇ ਇੱਥੋਂ ਚੱਕ ਦੇਣੇ ਆ ਉੱਥੇ ਬੰਦਾ ਕੀ ਕਰੂਗਾ ਗਰੀਬ ਹੈ ਠੀਕ ਹੈ ਇਸ ਵੇਲੇ ਵੈਸੇ ਕਿੱਧਰ ਨੂੰ ਜਾਂਦਾ ਮਾਹੌਲ ਲੋਕਾਂ ਦੀ ਗੱਲਬਾਤ ਵੇਲੇ ਆਹ ਪਾਰਟੀ ਆਮ ਪਾਰਟੀ ਆ ਅੱਛਾ ਹਾਂਜੀ ਮੁਕਾਬਲਾ ਕਿਹਦੇ ਨਾਲ ਹੋਊਗਾ ਮੁਕਾਬਲਾ ਕਾਂਗਰਸ ਨਾਲ ਹੀ ਆ ਬਾਕੀ ਆ ਲੱਗੇ ਆ ਬੋਰਡ ਆ ਦੇਖ ਲਓ ਉੱਧਰ ਲੱਗਾ ਬੋਰਡ ਇੱਧਰ ਲੱਗਾ ਆ ਸਾਰੇ ਪਾਸੇ ਲੱਗੇ ਆ ਉਹਨਾਂ ਨੇ ਪ੍ਰਚਾਰ ਕਰਨਾ ਹੀ ਹਰ ਬੰਦਾ ਕਰਦਾ ਆਪਣੀ ਪਾਰਟੀ ਲਈ ਪ੍ਰਚਾਰ ਕਰਦਾ ਵੀ ਅਜੋ ਅਸੀਂ ਵਧੀਆ ਕੰਮ ਕਰਾਂਗੇ ਚਲੋ ਜਿਹੜਾ ਕਰ ਜਾਂਦਾ ਫਿਰ ਉਹ ਫਿਰ ਤਰ ਜਾਂਦਾ ਜਿਹੜਾ ਨਹੀਂ ਕਰਦਾ ਫਿਰ ਉਹ ਥੱਲੇ ਬਹਿ ਜਾਂਦਾ ਵੀ ਫਰਕ ਇੰਨਾ ਕੀ ਪੈਂਦਾ ਝਾੜੂ ਵੱਲ ਨਹੀਂ ਆ ਸਾਲ 'ਚ ਕੰਮ ਕੁੰਮ ਕੀਤੇ ਉਹਨਾਂ ਨੇ ਤਾਂ ਕਰਕੇ ਸਾਡਾ ਤਾਂ ਕੁਛ ਨਹੀਂ ਹੋਏ ਸਵਾਦ ਇੱਥੇ ਤਾਂ ਛੜਕ ਨਹੀਂ ਬਣ ਡਈ ਆ ਸਾਲ 3 ਸਾਲ ਹੋ ਗਏ ਆ ਅੱਛਾ ਹੁਣ ਵੀ ਨਹੀਂ ਬਣੀ ਇਸ ਸਾਲ ਵੀ ਨਾ ਹੁਣ ਵੀ ਇੱਦਾਂ ਹੀ ਆ ਅਤੇ ਜੇ ਜਾਂਦੇ ਆ ਤਾਂ ਫਿਰ ਬਣ ਸਕਦੀ ਉਮੀਦ ਨਹੀਂ ਹਜੇ ਕੋਈ ਅੱਛਾ ਉਮੀਦ ਵੀ ਨਹੀਂ ਸੋ ਇਹ ਸੀ ਜਲੰਧਰ ਲੋਕ ਸਭਾ ਹਲਕੇ ਦੇ ਲੋਕਾਂ ਦੀ ਰਾਏ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਾ ਕੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਅਸੀਂ ਤੁਹਾਨੂੰ ਲੋਕਾਂ ਦੀ ਰਾਏ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ ਆਪਣੇ ਮੂੰਹੋਂ ਦੱਸਿਆ ਹੈ ਕਿ ਉਹਨਾਂ ਨੂੰ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਜਿੱਤ ਸਕਦੀ ਹੈ ਅਤੇ ਸਾਹਮਣੇ ਇਹ ਆਇਆ ਹੈ ਕਿ ਅਜੇ ਕਿਸੇ ਦੀ ਵੀ ਜਿੱਤ ਯਕੀਨੀ ਨਹੀਂ ਹੈ ਲੋਕਾਂ ਦੇ ਮੁਤਾਬਕ ਪਰ ਮੁੱਖ ਮੁਕਾਬਲਾ ਦੋ ਪਾਰਟੀਆਂ ਵਿਚਾਲੇ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਜਿਸ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਅਤੇ ਕਾਂਗਰਸ ਪਾਰਟੀ ਜਿਨ੍ਹਾਂ ਦੇ ਕੇ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਦੂਜੀਆਂ ਪਾਰਟੀਆਂ ਨੂੰ ਤੀਜੇ ਅਤੇ ਚੌਥੇ ਨੰਬਰ ਦੀਆਂ ਪਾਰਟੀਆਂ ਜਲੰਧਰ ਦੇ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਕਾਂਗਰਸ ਅਤੇ ਆਪ ਇਹ ਦੋਵੇਂ ਹੀ ਨਹੀਂ ਸੋਚ ਸਕਦੇ ਕਿ ਅਸੀਂ ਸੀਟ ਜਿੱਤ ਕੇ ਬੈਠੇ ਹਾਂ ਹੋ ਕੁਝ ਵੀ ਸਕਦਾ ਹੈ 13 ਮਈ ਨੂੰ ਜਦੋਂ ਨਤੀਜੇ ਆਉਣਗੇ ਆਖਰੀ ਨਤੀਜਾ ਤਾਂ ਉਦੋਂ ਹੀ ਪਤਾ ਲੱਗੇਗਾ ਇਹ ਤਾਂ ਅਸੀਂ ਜਲੰਧਰ ਦੇ ਲੋਕਾਂ ਦੀ ਰਾਏ ਤੁਹਾਨੂੰ ਸੁਣਾ ਦਿੱਤੀ ਹੈ ਉਹਨਾਂ ਦੇ ਕੋਲ ਜਾ ਕੇ ਹੁਣ ਜਿਹੜੇ ਤੁਸੀਂ ਇਸ ਸਰਵੇ ਨੂੰ ਫੇਸਬੁੱਕ ਅਤੇ ਯੂਟਿਊਬ 'ਤੇ ਵੇਖ ਰਹੇ ਹੋ ਤੁਸੀਂ ਵੀ ਆਪਣੀ ਰਾਏ ਦਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਲੰਧਰ ਦੀ ਉਪ ਚੋਣ ਦੇ ਵਿੱਚ
ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਤੇ ਕਿੰਨਾ ਦੋ ਪਾਰਟੀਆਂ ਵਿਚਾਲੇ ਮੁੱਖ ਮੁਕਾਬਲਾ ਹੈ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਜੇਕਰ ਇਸੇ ਤਰ੍ਹਾਂ ਹੀ ਨਿਰਪੱਖ ਤਰੀਕੇ ਨਾਲ ਹੋਰ ਵੀ ਸਰਵੇਖਣ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਤਾਂ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ 'ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹੜ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ।